ਤੇ 80 ਸਾਲ ਦੇ ਹੋ ਗਏ, ਹੁਣ ਤੁਸੀਂ ਗ੍ਰੇਸਫੁਲੀ ਰਿਟਾਇਰ ਹੋ ਜਾਓ, ਕਿਸੇ ਆਮ ਲੋਕ ਆਮ ਘਰਾਂ ਦੇ ਲੋਕ ਧੀਆਂ ਪੁੱਤਾਂ ਨੂੰ ਕੰਮ ਕਰਨ ਦਿਓ। ਉਹਨਾਂ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਸੀ, ਆਪਣੇ ਮਜ਼ਦੂਰਾਂ ਨਾਲ ਖੜਨਾ ਚਾਹੀਦਾ। ਉਹ ਬੀਜੇਪੀ ਦੇ ਨਾਲ ਜਾ ਕੇ ਖੜ ਗਏ, ਸੱਤਾ ਦੇ ਨਾਲ ਰਹਿੰਦੇ ਆ ਉਹ ਲੋਕਾਂ ਨਾਲ ਹੀ ਰਹੇ ਕਦੇ ਵੀ। ਪ੍ਰਨੀਤ ਕੌਰ ਜੀ 4 ਵਾਰੀ MP ਬਣਨ ਤੋਂ ਬਾਅਦ ਇਹੋ ਜਿਹੀ ਪਾਰਟੀ ਚਲੇ ਗਿਆ ਜਿਹਨੂੰ ਸਾਰਾ ਉਮਰ ਬੁਰਾ ਭਲਾ ਕਹਿੰਦੇ ਰਹੇ, ਉਹ ਵੀ ਤਾਂ ਉਹਨਾਂ ਦਾ ਘਰ ਵਾਲਾ ਵੀ, ਬਹੁਤ ਮਾੜੀ ਗੱਲ ਹੈ। ਉਹਨਾਂ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਸੀ, ਆਪਣੇ ਮਜ਼ਦੂਰਾਂ ਨਾਲ ਖੜਨਾ ਚਾਹੀਦਾ। ਉਹ ਬੀਜੇਪੀ ਦੇ ਨਾਲ ਜਾ ਕੇ ਖੜ ਗਏ, ਉਹਨਾਂ ਦਾ ਮਤਲਬ ਸ਼ੁਰੂ ਤੋਂ ਹੀ ਰਿਹਾ ਸੱਤਾ ਦੇ ਨਾਲ ਰਹਿੰਦੇ ਆ ਉਹ ਲੋਕਾਂ ਨਾਲ ਹੀ ਰਹੇ ਕਦੇ ਵੀ, ਨਾ ਕੋਈ ਕੰਮ ਕੀਤਾ, ਲੋਕਾਂ ਦਾ ਵਿਰੋਧ ਕਰ ਰਹੇ ਆ। ਮੈਂ ਤਾਂ ਫਿਰ ਵੀ ਉਹਨਾਂ ਨੂੰ ਕਹੂੰਗਾ ਕਿ ਤੁਸੀਂ 4 ਵਾਰੀ ਬਣ ਲਏ, 80 ਸਾਲ ਦੇ ਹੋ ਗਏ, ਹੁਣ ਤੁਸੀਂ ਗ੍ਰੇਸਫੁਲੀ ਰਿਟਾਇਰ ਹੋ ਜਾਓ, ਕਿਸੇ ਆਮ ਲੋਕ ਆਮ ਘਰਾਂ ਦੇ ਲੋਕ ਧੀਆਂ ਪੁੱਤਾਂ ਨੂੰ ਕੰਮ ਕਰਨ ਦਿਓ। ਡਾਕਟਰ ਸਾਹਿਬ, ਉਹ ਤੁਹਾਡੇ 'ਤੇ ਆਰੋਪ ਲਾਏ ਸਰਕਾਰ 'ਤੇ ਵੀ ਇਹਨਾਂ ਕੀ ਸਰਕਾਰ ਦੇ ਦੌਰਾਨ ਪੂਰੇ ਜ਼ਿਲ੍ਹੇ ਦੇ ਵਿੱਚ ਡਾਕਟਰਾਂ ਦੇ ਹਸਪਤਾਲਾਂ ਦੇ ਵਿੱਚ ਕਮੀ ਹੈ, ਸਤਰਾਣਾ, ਬਸਬ, ਪਾਥੜਾ, ਘੱਗਾ, ਇਹ ਸਮੱਸਿਆਵਾਂ ਨੂੰ ਸਾਹਮਣੇ ਰੱਬ ਦੇ ਭਰੋਸੇ ਹੁੰਦੇ ਨੇ। ਜਦੋਂ ਉਹਨਾਂ ਦੇ ਘਰ ਵਾਲਾ ਮੁੱਖ ਮੰਤਰੀ ਸੀ, ਉਹਨਾਂ ਦਾ ਪਟਿਆਲੇ ਤੋਂ ਹੀ ਸਿਹਤ ਮੰਤਰੀ ਸੀ, ਉਦੋਂ ਤਾਂ ਕਮੀ ਰਜਿੰਦਰਾ ਹਸਪਤਾਲ ਸੀ ਭਰਾਵਾ, ਰਜਿੰਦਰਾ ਹਸਪਤਾਲ 'ਚ ਪੂਰੀ ਕਰਤੀ ਮੈਂ, ਮਾਤਾ ਕਸ਼ਲਿਆ 'ਚ ਕਰਤੀ, ਸਮਾਣੇ 'ਚ ਕਰਤੀ, ਜਿਹੜੇ ਪਾਤਰਾਂ ਦੇ ਵਿੱਚ ਵੀ ਲਾ ਰਹੇ ਹਾਂ, ਡਾਕਟਰ ਲਾਏ ਆ ਉੱਥੇ ਵੀ ਐਮਰਜੈਂਸੀ ਸੇਵਾਵਾਂ ਦੇ ਰਹੇ ਹਾਂ। ਸੋ ਅਸੀਂ ਡਾਕਟਰ ਭਰਤੀ ਕਰ ਰਹੇ, ਉਹਨਾਂ ਨੇ ਤਾਂ ਪਟਿਆਲੇ 'ਚ ਨਹੀਂ ਪੂਰੀ ਕੀਤੀ, ਹੁਣ ਗੱਲ ਕਰਦੇ ਹਾਂ ਪਾਤਰਾਂ ਦੀ, ਉਹ ਵੀ ਕਰ ਦਾਂਗੇ ਪੂਰੀ। 2 ਸਾਲ ਹੋਏ ਅਜੇ ਉਹਨਾਂ ਨੂੰ ਤਾਂ ਬਹੁਤ ਟਾਈਮ ਮਿਲਿਆ, ਉਹ ਤਾਂ 20 ਸਾਲ ਰਹੇ ਆ, 25 ਸਾਲ MP ਰਹੇ ਆ, ਉਹਦੇ ਘਰ ਵਾਲਾ 25-30 ਸਾਲ MLA ਰਿਹਾ ਔਰ 2 ਵਾਰੀ ਮੁੱਖ ਮੰਤਰੀ ਰਿਹਾ। ਜੇ ਮੁੱਖ ਮੰਤਰੀ ਜਿਹੜਾ ਕੰਮ ਨਹੀਂ ਕਰ ਸਕਿਆ, ਜਾ ਕੇ ਦੇਖੋ ਮਾਤਾ ਕਸ਼ਲਿਆ ਹਸਪਤਾਲ, ਉਹਨੂੰ ਕਹੋ ਜੀ ਪ੍ਰਨੀਤ ਕੌਰ ਜੀ ਜਾਓ ਮਾਤਾ ਕਸ਼ਲਿਆ ਹਸਪਤਾਲ ਦੇਖ ਕੇ ਆਓ, ਲੋਕਾਂ ਨੂੰ ਪੁੱਛੋ ਕਿ ਤੁਹਾਡੇ ਜਦੋਂ ਹਸਬੈਂਡ ਮੁੱਖ ਮੰਤਰੀ ਸੀ ਉਹਦੀ ਕੀ ਹਾਲਤ ਸੀ, ਅੱਜ ਕੀ ਹੈ। ਉਹਨਾਂ ਨੂੰ ਕਹੋ ਮੁਹੱਲਾ ਕਲੀਨਿਕ ਦੇਖ ਕੇ ਆਓ, ਤੁਹਾਡੇ ਘਰ ਵਾਲੇ ਨੇ ਇੱਕ ਵੀ ਬਣਾਇਆ ਕੋਈ, ਤੁਸੀਂ ਕੁਛ ਕੀਤਾ? 25 ਕਰੋੜ ਦੇ ਵਿੱਚ ਤੁਸੀਂ ਹਰ ਸਾਲ 5 ਜਿਹੜੇ ਹੈਗੇ ਆ ਉਹ ਨਮੂਨੇ ਦੇ ਪਿੰਡ ਬਣਾਉਣਾ ਸੀ, ਦੱਸੋ ਕਿਹੜੇ ਬਣਾਏ ਆ 20 ਤੁਸੀਂ? ਕੋਈ ਇੱਕ ਤਾਂ ਦੱਸ ਦਿਓ, ਕੋਈ ਕੰਮ ਕੀਤਾ ਤੁਸੀਂ ਜ਼ਿੰਦਗੀ 'ਚ? ਕੋਈ ਤੁਸੀਂ ਪ੍ਰੋਜੈਕਟ ਨਹੀਂ ਲੈ ਕੇ ਆਏ, ਮੈਂ ਲੈ ਕੇ ਆਊਂਗਾ, ਤੁਹਾਨੂੰ ਦਿਖਾਊਂਗਾ ਜੀ। ਸਰ ਤੁਹਾਡਾ ਕੀ ਵਿਜ਼ਨ ਹੈ, ਤੁਹਾਨੂੰ ਮੌਕਾ ਲੋਕਾਂ ਨੂੰ ਦਿਆ, ਤੁਸੀਂ ਜਿੱਤ ਕੇ ਜਾਂਦੇ ਹੋ ਲੋਕ ਪੰਜਾਬ ਹਲਕੇ ਲਈ? ਸਾਡਾ ਰੀਜਨ, ਸਾਡਾ ਕੰਮ ਹੈ ਜੀ, ਜੋ ਭਗਵੰਤ ਮਾਨ ਸਰਕਾਰ ਹੈ, ਅਰਵਿੰਦ ਕੇਜਰੀਵਾਲ ਦੀ ਸੋਚ ਹੈ। ਸੋਚਿਆ ਹੋਗਾ ਤੁਸੀਂ ਵੀ ਕੀ ਪ੍ਰੋਜੈਕਟ ਲਿਆਓਗੇ, ਮਤਲਬ ਜਿੱਤ ਕੇ? ਹਾਂ ਬਿਲਕੁਲ ਜੀ, ਪਹਿਲੀ ਗੱਲ ਤਾਂ ਵੀ ਘੱਗਰ ਦੀ ਸਮੱਸਿਆ ਦਾ ਪਰਮਾਨੈਂਟ ਹੱਲ ਕਰੂੰਗਾ, 4 ਡੈਮ ਬਣਾਊਂਗਾ, ਸਾਰੀਆਂ ਛੋਟੀਆਂ ਨਦੀਆਂ ਦੇ ਉੱਤੇ ਪਾਣੀ ਸਟੋਰ ਕਰੂੰਗਾ, ਸਾਰਾ ਸਾਲ ਘੱਗਰ ਚੱਲੇਗਾ, ਨਦੀਆਂ ਚੱਲਣਗੀਆਂ, ਕਿਸਾਨਾਂ ਨੂੰ ਪਾਣੀ ਦੇਵਾਂਗੇ, ਬਿਜਲੀ ਬਚਾਵਾਂਗੇ। ਦੂਜੀ ਗੱਲ ਹੈ ਕਿ ਬੱਚਿਆਂ ਵਾਸਤੇ ਰੁਜ਼ਗਾਰ, ਸਾਡਾ ਜਿਹੜਾ 12,000 ਕਰੋੜ ਰੁਪਇਆ ਰੋਕਿਆ ਉਹ ਲੈ ਕੇ ਆਊਂਗਾ, ਪਿੰਡਾਂ ਦੀਆਂ ਸੜਕਾਂ ਬਣਾਊਂਗਾ, ਹਸਪਤਾਲ ਬਣਾਊਂਗਾ, ਔਰ ਜਿਹੜਾ ਸਾਡੇ ਬੱਚਿਆਂ ਦੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ 45,000 ਨੌਕਰੀਆਂ ਦਿੱਤੀਆਂ, ਕੇਂਦਰ ਤੋਂ ਤਾਂ ਉੱਥੇ 2 ਕਰੋੜ ਨੌਕਰੀਆਂ ਦੇਣੀਆਂ ਸੀ, ਪੰਜਾਬ ਦੇ ਬੱਚਿਆਂ ਲਈ 10 ਲੱਖ ਨੌਕਰੀਆਂ ਲੈ ਕੇ ਆਊਂਗਾ, 10 ਲੱਖ ਹਲੇ 80 ਸਾਲ ਦੇ ਹੋ ਗਏ, ਹੁਣ ਤੁਸੀਂ ਗ੍ਰੇਸਫੁਲੀ ਰਿਟਾਇਰ ਹੋ ਜਾਓ, ਕਿਸੇ ਆਮ ਲੋਕ ਆਮ ਘਰਾਂ ਦੇ ਲੋਕ ਧੀਆਂ ਪੁੱਤਾਂ ਨੂੰ ਕੰਮ ਕਰਨ ਦਿਓ। ਉਹਨਾਂ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਸੀ, ਆਪਣੇ ਮਜ਼ਦੂਰਾਂ ਨਾਲ ਖੜਨਾ ਚਾਹੀਦਾ। ਉਹ ਬੀਜੇਪੀ ਦੇ ਨਾਲ ਜਾ ਕੇ ਖੜ ਗਏ, ਸੱਤਾ ਦੇ ਨਾਲ ਰਹਿੰਦੇ ਆ ਉਹ ਲੋਕਾਂ ਨਾਲ ਹੀ ਰਹੇ ਕਦੇ ਵੀ। ਪ੍ਰਨੀਤ ਕੌਰ ਜੀ 4 ਵਾਰੀ MP ਬਣਨ ਤੋਂ ਬਾਅਦ ਇਹੋ ਜਿਹੀ ਪਾਰਟੀ ਚਲੇ ਗਿਆ ਜਿਹਨੂੰ ਸਾਰਾ ਉਮਰ ਬੁਰਾ ਭਲਾ ਕਹਿੰਦੇ ਰਹੇ, ਉਹ ਵੀ ਤਾਂ ਉਹਨਾਂ ਦਾ ਘਰ ਵਾਲਾ ਵੀ, ਬਹੁਤ ਮਾੜੀ ਗੱਲ ਹੈ। ਉਹਨਾਂ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਸੀ, ਆਪਣੇ ਮਜ਼ਦੂਰਾਂ ਨਾਲ ਖੜਨਾ ਚਾਹੀਦਾ। ਉਹ ਬੀਜੇਪੀ ਦੇ ਨਾਲ ਜਾ ਕੇ ਖੜ ਗਏ, ਉਹਨਾਂ ਦੇ ਮਤਲਬ ਸ਼ੁਰੂ ਤੋਂ ਹੀ ਰਿਹਾ ਸੱਤਾ ਦੇ ਨਾਲ ਰਹਿੰਦੇ ਆ ਉਹ ਲੋਕਾਂ ਨਾਲ ਹੀ ਰਹੇ ਕਦੇ ਵੀ, ਨਾ ਕੋਈ ਕੰਮ ਕੀਤਾ, ਲੋਕਾਂ ਦਾ ਵਿਰੋਧ ਕਰ ਰਹੇ ਆ। ਮੈਂ ਤਾਂ ਫਿਰ ਵੀ ਉਹਨਾਂ ਨੂੰ ਕਹੂੰਗਾ ਕਿ ਤੁਸੀਂ 4 ਵਾਰੀ ਬਣ ਲਏ, 80 ਸਾਲ ਦੇ ਹੋ ਗਏ, ਹੁਣ ਤੁਸੀਂ ਗ੍ਰੇਸਫੁਲੀ ਰਿਟਾਇਰ ਹੋ ਜਾਓ, ਕਿਸੇ ਆਮ ਲੋਕ ਆਮ ਘਰਾਂ ਦੇ ਲੋਕ ਧੀਆਂ ਪੁੱਤਾਂ ਨੂੰ ਕੰਮ ਕਰਨ ਦਿਓ। ਡਾਕਟਰ ਸਾਹਿਬ, ਉਹ ਤੁਹਾਡੇ 'ਤੇ ਆਰੋਪ ਲਾਏ ਸਰਕਾਰ 'ਤੇ ਵੀ ਇਹਨਾਂ ਕੀ ਸਰਕਾਰ ਦੇ ਦੌਰਾਨ ਪੂਰੇ ਜ਼ਿਲ੍ਹੇ ਦੇ ਵਿੱਚ ਡਾਕਟਰਾਂ ਦੇ ਹਸਪਤਾਲਾਂ ਦੇ ਵਿੱਚ ਕਮੀ ਹੈ, ਸਤਰਾਣਾ, ਬਸਬ, ਪਾਥੜਾ, ਘੱਗਾ, ਇਹ ਸਮੱਸਿਆਵਾਂ ਨੂੰ ਸਾਹਮਣੇ ਰੱਬ ਦੇ ਭਰੋਸੇ ਹੁੰਦੇ ਨੇ। ਜਦੋਂ ਉਹਨਾਂ ਦੇ ਘਰ ਵਾਲਾ ਮੁੱਖ ਮੰਤਰੀ ਸੀ, ਉਹਨਾਂ ਦਾ ਪਟਿਆਲੇ ਤੋਂ ਹੀ ਸਿਹਤ ਮੰਤਰੀ ਸੀ, ਉਦੋਂ ਤਾਂ ਕਮੀ ਰਜਿੰਦਰਾ ਹਸਪਤਾਲ ਸੀ ਭਰਾਵਾ, ਰਜਿੰਦਰਾ ਹਸਪਤਾਲ 'ਚ ਪੂਰੀ ਕਰਤੀ ਮੈਂ, ਮਾਤਾ ਕਸ਼ਲਿਆ 'ਚ ਕਰਤੀ, ਸਮਾਣੇ 'ਚ ਕਰਤੀ, ਜਿਹੜੇ ਪਾਤਰਾਂ ਦੇ ਵਿੱਚ ਵੀ ਲਾ ਰਹੇ ਹਾਂ, ਡਾਕਟਰ ਲਾਏ ਆ ਉੱਥੇ ਵੀ ਐਮਰਜੈਂਸੀ ਸੇਵਾਵਾਂ ਦੇ ਰਹੇ ਹਾਂ। ਸੋ ਅਸੀਂ ਡਾਕਟਰ ਭਰਤੀ ਕਰ ਰਹੇ, ਉਹਨਾਂ ਨੇ ਤਾਂ ਪਟਿਆਲੇ 'ਚ ਨਹੀਂ ਪੂਰੀ ਕੀਤੀ, ਹੁਣ ਗੱਲ ਕਰਦੇ ਆ ਪਾਤਰਾਂ ਦੀ, ਉਹ ਵੀ ਕਰ ਦਾਂਗੇ ਪੂਰੀ। 2 ਸਾਲ ਹੋਏ ਅਜੇ ਉਹਨਾਂ ਨੂੰ ਤਾਂ ਬਹੁਤ ਟਾਈਮ ਮਿਲਿਆ, ਉਹ ਤਾਂ 20 ਸਾਲ ਰਹੇ ਆ, 25 ਸਾਲ MP ਰਹੇ ਆ, ਉਹਦੇ ਘਰ ਵਾਲਾ 25-30 ਸਾਲ MLA ਰਿਹਾ ਔਰ 2 ਵਾਰੀ ਮੁੱਖ ਮੰਤਰੀ ਰਿਹਾ। ਜੇ ਮੁੱਖ ਮੰਤਰੀ ਜਿਹੜਾ ਕੰਮ ਨਹੀਂ ਕਰ ਸਕਿਆ, ਜਾ ਕੇ ਦੇਖੋ ਮਾਤਾ ਕਸ਼ਲਿਆ ਹਸਪਤਾਲ, ਉਹਨੂੰ ਕਹੋ ਜੀ ਪ੍ਰਨੀਤ ਕੌਰ ਜੀ ਜਾਓ
ਮਾਤਾ ਕਸ਼ਲਿਆ ਹਸਪਤਾਲ ਦੇਖ ਕੇ ਆਓ, ਲੋਕਾਂ ਨੂੰ ਪੁੱਛੋ ਕਿ ਤੁਹਾਡੇ ਜਦੋਂ ਹਸਬੈਂਡ ਮੁੱਖ ਮੰਤਰੀ ਸੀ ਉਹਦੀ ਕੀ ਹਾਲਤ ਸੀ, ਅੱਜ ਕੀ ਹੈ। ਉਹਨੂੰ ਕਹੋ ਮੁਹੱਲਾ ਕਲੀਨਿਕ ਦੇਖ ਕੇ ਆਓ, ਤੁਹਾਡੇ ਘਰ ਵਾਲੇ ਨੇ ਇੱਕ ਵੀ ਬਣਾਇਆ ਕੋਈ, ਤੁਸੀਂ ਕੁਛ ਕੀਤਾ? 25 ਕਰੋੜ ਦੇ ਵਿੱਚ ਤੁਸੀਂ ਹਰ ਸਾਲ 5 ਜਿਹੜੇ ਹੈਗੇ ਆ ਉਹ ਨਮੂਨੇ ਦੇ ਪਿੰਡ ਬਣਾਉਣਾ ਸੀ, ਦੱਸੋ ਕਿਹੜੇ ਬਣਾਏ ਆ 20 ਤੁਸੀਂ? ਕੋਈ ਇੱਕ ਤਾਂ ਦੱਸ ਦਿਓ, ਕੋਈ ਕੰਮ ਕੀਤਾ ਤੁਸੀਂ ਜ਼ਿੰਦਗੀ 'ਚ? ਕੋਈ ਤੁਸੀਂ ਪ੍ਰੋਜੈਕਟ ਨਹੀਂ ਲੈ ਕੇ ਆਏ, ਮੈਂ ਲੈ ਕੇ ਆਊਂਗਾ, ਤੁਹਾਨੂੰ ਦਿਖਾਊਂਗਾ ਜੀ। ਸਰ ਤੁਹਾਡਾ ਕੀ ਵਿਜ਼ਨ ਹੈ? ਤੁਹਾਨੂੰ ਮੌਕਾ ਲੋਕਾਂ ਨੂੰ ਦਿਆ, ਤੁਸੀਂ ਜਿੱਤ ਕੇ ਜਾਂਦੇ ਲੋਕ ਹਲਕੇ? ਸਾਡਾ ਰੀਜਨ, ਸਾਡਾ ਕੰਮ ਹੈ ਜੀ, ਜੋ ਭਗਵੰਤ ਮਾਨ ਸਰਕਾਰ ਹੈ, ਅਰਵਿੰਦ ਕੇਜਰੀਵਾਲ ਦੀ ਸੋਚ ਹੈ। ਸੋਚਿਆ ਹੋਗਾ ਤੁਸੀਂ ਵੀ ਕੀ ਪ੍ਰੋਜੈਕਟ ਲਿਆਓਗੇ ਮਤਲਬ ਜਿੱਤ ਕੇ? ਹਾਂ ਬਿਲਕੁਲ ਜੀ, ਪਹਿਲੀ ਗੱਲ ਤਾਂ ਵੀ ਘੱਗਰ ਦੀ ਸਮੱਸਿਆ ਦਾ ਪਰਮਾਨੈਂਟ ਹੱਲ ਕਰੂੰਗਾ। 4 ਡੈਮ ਬਣਾਊਂਗਾ, ਸਾਰੀਆਂ ਛੋਟੀ ਛੋਟੀਆਂ ਨਦੀਆਂ ਦੇ ਉੱਤੇ ਪਾਣੀ ਸਟੋਰ ਕਰੂੰਗਾ, ਸਾਰਾ ਸਾਲ ਘੱਗਰ ਚੱਲੇਗਾ, ਨਦੀਆਂ ਚੱਲਣਗੀਆਂ, ਕਿਸਾਨਾਂ ਨੂੰ ਪਾਣੀ ਦੇਵਾਂਗੇ, ਬਿਜਲੀ ਬਚਾਵਾਂਗੇ। ਦੂਜੀ ਗੱਲ ਹੈ ਕਿ ਬੱਚਿਆਂ ਵਾਸਤੇ ਰੁਜ਼ਗਾਰ, ਸਾਡਾ ਜਿਹੜਾ 12,000 ਕਰੋੜ ਰੁਪਇਆ ਰੋਕਿਆ ਉਹ ਲੈ ਕੇ ਆਊਂਗਾ, ਪਿੰਡਾਂ ਦੀਆਂ ਸੜਕਾਂ ਬਣਾਊਂਗਾ, ਹਸਪਤਾਲ ਬਣਾਊਂਗਾ। ਔਰ ਜਿਹੜਾ ਸਾਡੇ ਬੱਚਿਆਂ ਦੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ 45,000 ਨੌਕਰੀਆਂ ਦਿੱਤੀਆਂ, ਕੇਂਦਰ ਤੋਂ ਤਾਂ ਉੱਥੇ 2 ਕਰੋੜ ਨੌਕਰੀਆਂ ਦੇਣੀਆਂ ਸੀ, ਪੰਜਾਬ ਦੇ ਬੱਚਿਆਂ ਲਈ 10 ਲੱਖ ਨੌਕਰੀਆਂ ਲੈ ਕੇ ਆਊਂਗਾ। 10 ਲੱਖ, ਠੀਕ ਹੈ ਸਰ, ਥੈਂਕ ਯੂ।